ਹੈਲੋ, ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਲੱਭੀ ਕਮਰ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜਾਂ ਇੱਕ ਹੋਰ ਨਵੀਂ ਨਵੀਂ ਵੀਡੀਓ 'ਚ, ਜਿਹੜੀ ਕਿ ਆਪਾਂ ਲੈ ਕੇ ਆਏ ਹਾਂ ਕਾਰ ਫੋਰਸੇ ਸਿਮੂਲੇਟਰ। ਜਿਹੜੀ ਇਹ ਵੀਡੀਓ ਵੀਰੇ ਆਪਾਂ ਬਹੁਤ ਟਾਈਮ ਬਾਅਦ ਲੈ ਕੇ ਆਏ ਹਾਂ, ਹੁਣ ਇਹਦਾ ਨਵਾਂ ਅਪਡੇਟ ਵੀ ਆ ਗਿਆ, ਜਿਹਦੇ ਵਿੱਚ ਆਪਾਂ ਨੂੰ ਇੱਕ ਨਵਾਂ ਸ਼ੋਰੂਮ, ਡਰੈਗ ਰੇਸ ਅਤੇ 3 ਗਰਾਜ ਮਿਲਣਗੇ ਅਤੇ 3 ਹੋਰ ਨਵੀਆਂ ਗੱਡੀਆਂ ਵੀ ਹੈਗੀਆਂ, ਉਹਨਾਂ ਬਾਰੇ ਵੀ ਮੈਨੂੰ ਪਤਾ। ਤਾਂ ਜਿਹਨਾਂ ਚੱਕਰ ਵੀਰੇ ਆਪਾਂ ਆਪਦੇ ਕੰਟੇਨਰ 'ਚ ਜਾ ਕੇ ਸੁਣਨੇ ਹਾਂ, ਹੁਣ ਆਪਣਾ ਕੰਟੇਨਰ ਦਿੱਤਾ ਇਹਨਾਂ ਨੇ। ਉਹਨਾਂ ਚੱਕਰ ਜਿਹੜੇ ਵੀ ਮੇਰੇ ਵੀਰ ਭੈਣ ਭਰਾ ਆਪਣੇ ਚੈਨਲ 'ਤੇ ਨਵੇਂ ਨੇ, ਕਿਰਪਾ ਕਰਕੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਅਤੇ ਨਾਲ ਦਿੱਤਾ ਗਿਆ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣ, ਤਾਂ ਕਿ ਉਹਨਾਂ ਨੂੰ ਮੇਰੀਆਂ ਹੋਰ ਵੀ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ। ਸੋ ਆਪਾਂ ਆਪਦੇ ਕੰਟੇਨਰ 'ਚ ਪਹੁੰਚ ਚੁੱਕੇ ਹਾਂ। ਆਹ ਕੰਟੇਨਰ ਆਪਣਾ, ਹੈਲੋ ਗੁੱਡ ਮੋਰਨਿੰਗ ਗਾਈਸ, ਸੁਬਹ ਹੋ ਚੁੱਕੀ ਹੈ ਅਤੇ ਆ ਰਿਹਾ ਆਪਣਾ ਕੰਟੇਨਰ। ਆਪਾਂ ਦੇਖਦੇ ਇੱਥੇ ਆਪਾਂ ਕੁਛ ਅਪਗ੍ਰੇਡ ਕਰ ਸਕਦੇ ਹਾਂ ਕਿ ਨਹੀਂ, ਮੇਰੇ ਹਿਸਾਬ ਨਾਲ ਕਰਨਾ ਚਾਹੀਦਾ ਅਪਗ੍ਰੇਡ। ਸ਼ੋਰੂਮ ਬਹੁਤ ਮਹਿੰਗਾ ਹੈ, ਆਪਾਂ ਡੈਕੋਰ ਨਹੀਂ ਆਪਾਂ ਇਹੀ ਕਰ ਸਕਦੇ, ਅਤੇ ਆਪਾਂ ਖਰਚ ਹੋ ਗਏ ਪਹਿਲਾਂ ਹੀ। ਸੋ ਹਜੇ ਮੈਂ ਆਪਦੇ ਘਰ ਵੀ ਜਾ ਕੇ ਦੇਖਣਾ। ਤਾਂ ਗੱਡੀ ਦਾ ਡੈਮੇਜ ਵਾਲਾ ਬੱਗ ਫੇਰ ਆ ਗਿਆ, ਬੱਗ ਨਹੀਂ ਵੈਸੇ ਘੈਂਟ ਚੀਜ਼ ਆ। ਤਾਂ ਹੁਣ ਆਪਾਂ ਸੇਲ ਕਰਦੇ ਹਾਂ ਆਪਣੀਆਂ ਸਾਰੀਆਂ ਗੱਡੀਆਂ, ਜਿਹੜੀਆਂ ਵੀ ਦੋ ਤਿੰਨ ਖੜੀਆਂ, ਬਸ ਮੁਸ਼ਕਿਲ ਲੈਂਬਰ ਨਹੀਂ ਰੱਖ ਲੈਂਦੇ ਹਾਂ। ਬਾਕੀ ਗੱਡੀਆਂ ਸਾਰੀਆਂ ਸੇਲ ਕਰ ਦਿੰਦੇ ਆਪਾਂ। ਕਾਰ ਮਾਰਕੀਟ ਅਜੇ ਨਹੀਂ ਲੱਗੀ ਹੋਈ, ਅੱਜ ਹੈਗਾ ਥਰਸਡੇ 'ਚ ਕਾਰ ਆਪਸ਼ਨ, 8 ਵਜੇ ਕਾਰ ਆਪਸ਼ਨ ਚਾਲੂ ਹੋ ਗਿਆ ਵਾ। ਚੱਲ ਕੱਲ੍ਹ ਕਾਰ ਮਾਰਕੀਟ ਜਾਂਦੇ ਹਾਂ। ਤਾਂ ਹੁਣ ਆਪਾਂ ਲਾਉਂਦੇ ਹਾਂ ਗੱਡੀਆਂ ਨੂੰ ਸੇਲ 'ਤੇ। ਮਕਲੈਰਨ ਚਲੋ ਘਰ ਖੜੀ ਹੋ ਗਈ, ਡੇਢ ਲੱਖ ਦੀ ਵੀ ਲਾ ਤੀ। ਕਾਊਂਟਰ 'ਚ ਕਿਹੜਾ ਆਪਾਂ ਰੱਖਣੀ ਆ, ਤਾਂ ਗਰਾਜ ਖੋਲ। ਉਹ ਸੋਰੀ ਗਾਈਸ, ਮੈਂ ਤੁਹਾਨੂੰ ਦੱਸਣਾ ਭੁੱਲ ਗਿਆ, ਆਪਾਂ ਵੀ ਸਾਰਾ ਡੈਕੋਰੇਟ ਕਰਤਾ, ਨਵਾਂ ਸੋਫਾ, ਨਵਾਂ ਕੰਫਰਟੇਬਲ, ਪਲਾਂਟਸ ਵਗੈਰਾ ਲਾ ਤੇ, ਪੇਂਟਿੰਗ ਲਾ ਤੀ, ਇੱਥੇ ਸੋਫਾ ਰੱਖਤਾ, ਆਹ ਵਧੀਆ ਚੇਅਰ ਚੇਅਰ ਲਾ ਤੀ, ਆਪਣੇ ਬੈਠਣ ਦੇ ਕੰਪਿਊਟਰ ਵਗੈਰਾ ਸਾਰਾ ਅਪਗ੍ਰੇਡ ਕਰਤਾ ਆਪਾਂ ਇਹ ਵੀ। ਚਲੋ ਬਹੁਤ ਟਾਈਮ ਲੰਘ ਚੁੱਕਿਆ, ਉਹ ਆ ਗਏ ਕਸਟਮਰ ਆ ਗਏ। ਉਹ ਭੁਲੇਖੇ ਨਹੀਂ ਨੱਪਿਆ ਗਿਆ, ਘਾਟੇ 'ਚ ਗਈ ਚੱਲ ਪਈ। ਅੱਸੀ ਹਜ਼ਾਰ, ਸੱਤਰ ਹਜ਼ਾਰ, ਨਹੀਂ ਤਾਂ 65 ਹਜ਼ਾਰ ਦੀ ਬਹਿ ਗਈ ਇਹ। ਸੋਫਾ ਲੈ ਗਏ, ਆਪਾਂ ਆਪਣੀਆਂ ਗੱਡੀਆਂ ਵੇਚ ਦਿੱਤੀਆਂ ਅਤੇ ਇੱਕ ਹੋਰ ਕੰਪਿਊਟਰ ਚਾਹੀਏ, ਦੇਖ ਲਓ ਇਹਨੇ ਕੀ ਪ੍ਰਾਈਸ ਆਉਂਦਾ, ਇਹਨੂੰ ਸੇਲ ਕਰ ਦਾਂਗੇ ਛੇਤੀ, ਇੱਥੇ ਬੈਠਾ ਹੋਊਗਾ ਗਰਾਊਂਡ 'ਚ। I don't want to buy.
ਤਾਂ ਹੁਣ ਆਪਾਂ ਕਿਹਾ ਆਪਦੇ ਘਰ ਜਾ ਕੇ ਮਕਲੈਰਾਂ ਲੈ ਕੇ ਆਉਂਦੇ ਹਾਂ। ਤੇ ਲਾ ਦਿੰਦੇ ਹਾਂ 80,000 ਨਹੀਂ 50,000 ਤਾਂ ਆਪਾਂ ਡਰੈਗ ਰੇਸ 'ਤੇ 50,000 ਰੁਪਇਆ ਦੀ ਬੈਟ ਲਾ ਦਿੱਤੀ ਹੈ। ਦੇਖੋ ਹੁਣ ਆਪਾਂ ਕਹਿੰਦੇ ਵੀ ਕਰਦੇ ਹਾਂ ਜਿਹੜੀ ਕਿ ਡਰੈਗ ਰੇਸ ਹੈਗੀ ਆ ਉਹ ਹੈਗੀ ਆਪਣੀ ਜੀਪ ਵੈਗਨ ਆਰ। ਪਰਲੇ ਪਾਸੇ ਜੀ ਵੈਗਨ ਐਮ ਜੀ ਦੀ ਆਪਾਂ ਆਏ ਹਾਂ 125 ਕਿਲੋਮੀਟਰ 12.75 ਸੈਕਿੰਡ 'ਚ ਲਿਆਉਣੇ ਗੱਡੀ 106 ਕਿਲੋਮੀਟਰ 'ਤੇ ਤਾਂ ਇੱਕ ਹੋਰ ਹੋ ਜੇ ਤਾਂ ਇਹ ਆਪਣੀ ਹੈਗੀ ਆ ਲੈਂਪਰ ਗੱਡੀ ਕਾਊਂਟਾਸ਼ ਨਾਲ ਪੂਰੀ ਬਲੋਪਰ ਦੀ ਗੱਡੀ ਆ। ਆਪਾਂ ਇਹ ਰੇਸ ਵੀ ਜਿੱਤ ਚੁੱਕੇ ਹਾਂ ਅਤੇ ਇਸ ਦੇ ਨਾਲ ਹੀ ਆਪਾਂ ਆਪਣੀ ਵੀਡੀਓ ਦੀ ਐਂਡ ਕਰਦੇ ਹਾਂ। ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਨਾਲ ਦਿੱਤਾ ਗਿਆ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਉਣਾ ਤਾਂ ਕਿ ਮੇਰੇ ਨਵੇਂ ਨਵੇਂ ਵੀਡੀਓ ਸੁਣਨ ਨੂੰ ਜਾਂ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਸੋ ਓਕੇ, ਗੁੱਡ ਬਾਏ, ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ 'ਚ।